ਵੈਸੇ ਤਾਂ ਪੰਜਾਬ 'ਚ ਜ਼ਿਮਨੀ ਚੋਣਾਂ ਦੀ ਹਾਲ ਦੁਹਾਈ ਹੈ, ਪਰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਦਾ ਕਹਿਣਾ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਨੇ। ਦਰਅਸਲ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਦੇ ਪਿੰਡ ਚੱਕ ਰੌਕੇ 'ਚ ਬਣੇ RO ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ ਖੇਡ ਮੰਤਰੀ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਕੇ ਮੌਕੇ 'ਤੇ ਹੱਲ ਕਰਨ ਦਾ ਦਾਅਵਾ ਵੀ ਕੀਤਾ। ਇਸ ਤੋਂ ਇਲਾਵਾ ਪੱਤਰਕਾਰਾਂ ਨੇ ਮੁਕਤਸਰ 'ਚ ਕੈਪਟਨ ਦੀ ਸਰਕਾਰੀ ਗੱਡੀ 'ਚ ਨਾ ਬੈਠਣ ਦੇ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਮੈਂ ਕੈਪਟਨ ਨਾਲ ਬੈਠ ਕੇ ਆਇਆ ਹਾਂ। ਦੇਖੋ, ਗੱਲ ਪਬਲਿਕ ਦੀ ਨਹੀਂ, ਪਬਲਿਕ ਨੂੰ ਪਤਾ ਹੈ ਮੈਂ ਕੀ ਕਰ ਰਿਹਾ। ਸੋ ਅੱਜ ਕੋਈ ਪੋਲੀਟੀਕਲ ਮੀਟਿੰਗ ਨਹੀਂ ਹੈਗੀ। ਕਿ ਤੁਹਾਨੂੰ ਪਤਾ ਝੋਨੇ ਦਾ ਸੀਜ਼ਨ ਹੈ, ਲੋਕ ਬਾਹਰ ਵਾਢੀਆਂ 'ਤੇ ਗਏ ਨੇ, ਮੰਡੀਆਂ 'ਚ ਗਏ ਨੇ, ਕੋਈ ਪੇਮੈਂਟ ਲੈਣ ਗਿਆ ਹੈ। ਅੱਜ ਕੱਲ੍ਹ ਵਿਆਹਾਂ ਸ਼ਾਦੀਆਂ ਦਾ ਵੀ ਟਾਈਮ ਹੈ। ਇਹ ਤਾਂ ਅਚਾਨਕ ਹੀ, ਕਿਉਂਕਿ ਮੈਂ ਜਲਾਲਾਬਾਦ ਇਲੈਕਸ਼ਨ ਵਾਸਤੇ ਆਇਆ ਹੋਇਆ ਸੀ, ਤਾਂ ਸੋਚਿਆ ਕਿ ਇਹਦੇ 'ਚ ਦੇਰੀ ਨਾ ਹੋ ਜਾਏ ਤਾਂ ਮੈਂ ਇੱਕ ਵਾਰੀ ਜਾ ਕੇ ਸਾਰੇ ਬੰਦਿਆਂ ਨੂੰ ਇਹਦਾ ਜਿਹੜਾ RO ਦੇ ਬਾਰੇ ਦੱਸਿਆ। ਅਤੇ ਇੱਕ ਸਰ, ਜਿਹੜੀ ਕੈਪਟਨ ਦੀ ਰੈਲੀ ਸੀਗੀ ਅਤੇ ਮੁਕਤਸਰ, ਤੁਹਾਨੂੰ ਜਿਹੜਾ ਸਰਕਾਰੀ ਗੱਡੀ 'ਚ ਨਹੀਂ ਬੈਠਣ ਦਿੱਤਾ, ਕੀ ਕਾਰਨ? ਉਹ ਯਾਰ, ਉਹ ਕੋਈ ਐਸੀ ਗੱਲ ਨਹੀਂ ਹੈਗੀ, ਮੈਂ ਤਾਂ CM ਦੇ ਨਾਲ ਹੀ ਤਾਂ ਉੱਥੇ ਆਇਆ ਅਤੇ ਉੱਥੇ ਨਾਲ ਹੀ ਆਇਆ ਗੱਡੀ 'ਚ ਬਹਿ ਕੇ ਆਇਆ, ਸਾਰਿਆਂ ਨੂੰ ਪਤਾ ਹੈਗਾ, ਕੋਈ ਐਸੀ ਗੱਲ ਨਹੀਂ। ਉਹ ਕਿਉਂਕਿ ਉੱਥੇ ਇਲੈਕਸ਼ਨ ਕੋਡ ਲੱਗਾ ਹੋਇਆ ਸੀਗਾ, ਅਸੀਂ ਆਪਣੀਆਂ ਗੱਡੀਆਂ 'ਚ ਆਉਣਾ ਸੀਗਾ, ਇਸ ਕਰਕੇ CM ਇੱਕ ਵੱਖਰੀ ਗੱਡੀ 'ਚ ਸੀਗੇ, ਉਹ ਪਹਿਲਾਂ ਨਿਕਲ ਗਏ ਸੀ, ਅਸੀਂ ਦੂਸਰੀ ਗੱਡੀ, ਸਾਡਾ ਕੌਨਵਾਏ ਨਹੀਂ ਸੀਗਾ, ਇਸ ਕਰਕੇ ਉਹਦੇ 'ਚ ਉਹ ਮਿਸਅੰਡਰਸਟੈਂਡਿੰਗ। ਇੱਕ ਸਰ, ਜਿਹੜੀ ਆਪਣੀ ਜਿਮਨੀ ਚੋਣ ਚੱਲ ਰਹੀ ਅਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਕਾਂਗਰਸ ਪਾਰਟੀ? ਮਾਹੌਲ ਹੁਣ ਮੇਰੇ ਨਾਲ ਜ਼ਿਆਦਾ, ਤੁਹਾਨੂੰ ਪਤਾ ਤੁਸੀਂ ਤਾਂ ਪਿੰਡ ਪਿੰਡ ਗਲੀ ਗਲੀ ਫਿਰ ਲਏ, ਤੁਹਾਨੂੰ ਪਤਾ ਵੀ ਇਲੈਕਸ਼ਨ ਜਿੱਦਾਂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।